मीह तां रुकण दा नां ही नहीं लैंदा। होए उपर वालिया, रब दा वास्ता ही, रहम कर। साढ़े गरीबां ते किन्ना चिर वरदा रहेगा? क्यों गुस्से हो गए साढ़े नाल? चढ़ी लगी है। बापू आखदा हुंदा सी, सौन दी झड़ी बड़ी मुश्किल नाल रुकदी है। कमाल दा सी मेरा बापू भी, अड़ियल गुस्से वाला, सारी उम्र किसे काम ते ना टिकया। खेसा दा काम सी साडा, लोग सानू जुलाई आखदे। मैं ताना कतदा, मेरा प्यो बुणदा, ते पिंडां विच असीं खेस विच जांदे। हुण तां रोटी खाणी मुश्किल हो गई है। असां काम भी छड्ड दित्ता है ते पिंड भी किन्ना कुछ बदल गया है, पता नहीं लग्या। की अपने आप नाल गल्लां करी जाना है? हुण तू बुढ़ा हो गया है बुढ़ा। ओए हुण तां इही रह गया है। शेर बन शेर, शेर क्यों नहीं बनदा शेर? ओए शेर तां मैं है ही। शेर कहंदा दस, आ तू तां गिद्दड़ भी नहीं रहा। ओए आहो, आ शेर नहीं ते बस जो पै गया। आ सारा दिमाग नींबू वांगू निचोड़ छड्या ही, निगर गया मैं। अग बाल लै, हड्ड गर्म हो जाणगे। जदों भी अग बालदा ना, ਹਨੇਰੀ ਬੁਝਾ ਦਿੰਦੀ ਹੈ। ਕਿੰਨੀ ਵਾਰੀ ਕਿਹਾ ਕਿ ਘਰ ਲਈ ਠੀਕ ਕਰ ਲੈ। ਕਿਵੇਂ ਕਰਾਂ ਘਰ ਲਈ ਠੀਕ? ਝੜੀ ਤਾਂ ਕਿਤੇ ਰੁਕਣ ਦਾ ਨਾਂ ਨਹੀਂ ਲੈਂਦੀ। ਮੈਂ ਕਿਹਾ ਕਾਨੇ ਹੀ ਛਿੱਲ ਲਿਆ ਕਰ। ਕਾਨੇ ਆ ਛਿੱਲ ਕੇ ਤੇ ਲਿਆ ਹੀ ਆ, ਬਸ ਇੰਨੇ ਕੀ? ਆ ਮੇਰੇ ਹੱਥ ਵੀ ਛਿੱਲੇ ਗਏ ਨੇ। ਉਹ ਮੁੰਜ ਕੁੱਟੀ ਹੈ ਕਿ ਨਹੀਂ? ਕੁੱਟੀ ਪਈ ਹੈ। ਕੋਈ ਘਰ ਲਈ ਚੱਲਣ ਦੀ ਆਵਾਜ਼ ਨਹੀਂ ਆਉਂਦੀ। ਆਵਾਜ਼ ਕਿਵੇਂ ਆਵੇ? ਆ ਸਾਰੇ ਲੋਕੀ ਤਾਂ ਘਰਾਂ ਦੇ ਅੰਦਰ ਲੁਕੀ ਬੈਠੇ ਨੇ ਮੀਂਹ ਤੋਂ ਡਰਦੇ। ਕੰਮ ਕਾਰ ਕੋਈ ਹੈ ਨਹੀਂ, ਹੱਥ ਤੇ ਹੱਥ ਦਰੀ ਬੈਠੇ ਨੇ ਸਾਰੇ। ਮੈਂ ਜਰਾ ਘਰ ਲਈ ਠੀਕ ਕਰਾ ਲਿਆ ਵਾਂ, ਉਹਦੀਆਂ ਮੋਰੀਆਂ ਟੁੱਟੀਆਂ ਪਈਆਂ ਨੇ। ਆ ਹੋ ਸਕਾ ਤੇ ਥੋੜੇ ਕਾਨੇ ਛਿਲਦੀ ਹੋਰ। ਵਸੰਧਿਆ, ਆ ਤੂੰ ਇੰਨੀਆਂ ਸਿਰਕੀਆਂ ਬਣਾਈ ਜਾਂਦਾ, ਤੈਨੂੰ ਆ ਕਾਨੇ ਮਿਲ ਜਾਂਦੇ ਆ? ਓਏ ਕਿੱਥੇ ਮਿਲਦੇ ਆ, ਉਹ ਸਵੇਰੇ ਭੁੱਖੇ ਢਿੱਡ ਨਿਕਲ ਜਾਈਦਾ। ਆ ਚਾਰ ਕਾਨੇ ਮਿਲੇ ਆ, ਹੁਣ ਮੈਨੂੰ ਦੱਸ ਉਹ ਨਿਆਣਿਆਂ ਦਾ ਢਿੱਡ ਭਰਾਂ ਕਿ ਆਪਣਾ ਢਿੱਡ ਭਰਾਂ? ਪਰ ਉਹ ਵਿਹਲੇ ਬੈਠਿਆਂ ਵੀ ਤਾਂ ਨਹੀਂ ਨਾ ਸਰਦਾ। ਤੇਰੀ ਗੱਲ ਠੀਕ ਆ, ਕਦੇ ਕਦੇ ਮੈਂ ਵੀ ਸੋਚਦਾ ਵੀ ਆ ਘਰ ਨੂੰ ਠੀਕ ਕਰ ਲਵਾਂ, ਪਰ ਮਨ ਹੀ ਨਹੀਂ ਮੰਨਦਾ। ਉਹ ਵਿਹਲੇ ਬੈਠਿਆਂ ਵੀ ਨਹੀਂ ਨਾ ਸਰਦਾ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ, ਆ ਹੁਣ ਕੁਝ ਮੌਸਮ ਠੀਕ ਹੋਇਆ। ਕਿਵੇਂ ਦਰਿਆ ਸੁੱਕਣ ਡਿਆ, ਘਰ ਵਿੱਚ ਜੋ ਵੀ ਸੀ ਖਾਲੀ ਹੋ ਗਿਆ, ਘਰ ਖਾਣ ਨੂੰ ਪੈਂਦਾ। ਪਤਾ ਨਹੀਂ ਕਿੰਨੀ ਵਾਰੀ ਡੁੱਬੇ ਹਾਂ ਤਾਂ ਕਿੰਨੀ ਵਾਰੀ ਤਰੇ ਹਾਂ, ਪਤਾ ਨਹੀਂ ਕੀ ਹੋਊਗਾ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਜ਼ੋਰ ਲਗਾ ਜਰਾ ਥੋੜ੍ਹਾ ਜਿਹਾ। ਦੋ ਰੋਟੀਆਂ ਦੇਣੀਆਂ ਵੀ ਬਾਹਰ ਲੱਗਦੀ ਹੈ ਤੈਨੂੰ, ਹੈਂ? ਬੁੱਢੀ ਹੋ ਗਈ ਮੈਂ ਤੇਰੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਕੰਮ ਕਰ। ਝੂਠ ਮਤ ਬੋਲ। ਅਲੇ ਇਹ ਰੱਸੀ ਟੁੱਟ ਗਈ ਘਰ ਲਈ ਦੀ। ਟੁੱਟ ਗਈ ਤੇ ਮੈਂ ਪਾ ਦੇਸਾਂ। ਕਿਉਂ ਬਾਈ, ਕੀ ਗੱਲ ਚੱਲ ਰਹੀ ਅੱਜ ਜੀ? ਤੇ ਗੱਲ ਕੀ ਬਾਈ, ਆ ਨਿੰਦਰ ਕਹਿੰਦਾ ਕਿਹੜਾ ਪਿਓ ਨੂੰ ਜੱਦੀ ਪੁੱਛੀ ਕੰਮ ਕਰਨੇ ਕਹਿੰਦਾ, ਪਰ ਇਹ ਕਰਨਾ ਨਹੀਂ ਚਾਹੁੰਦਾ। ਬਾਈ ਗੱਲ ਤਾਂ ਇਹਦੀ ਠੀਕ ਹੈ। ਉਹ ਇੱਕ ਪਾਸੇ ਤਾਂ ਘਰਦੇ ਕਹਿੰਦੇ ਆ ਕਿ ਦੁਨੀਆ ਦੌੜੀ ਜਾਂਦੀ ਹੈ, ਤੇ ਤੁਸੀਂ ਅਗਾਂਹ ਵਧਣ ਦਾ ਹੀਲਾ ਹੀ ਨਹੀਂ ਕਰਦੇ। ਹੀਲਾ ਖੇਤ ਸਵਾਹ ਕਰੀਏ,
ਸਾਡੀਆਂ ਅਗਾਂਹ ਵਾਧਿਆਂ ਦੀਆਂ ਲੱਤਾਂ 'ਤੇ ਸਾਡੇ ਘਰ ਦੇ ਹੀ ਖਿੱਚਦੇ ਨੇ। ਵੇਖੋ ਬਾਈ, ਮੈਂ ਤਾਂ ਆਪਣੇ ਮਨ ਨਾਲ ਪੱਕਾ ਫੈਸਲਾ ਕਰ ਲਿਆ ਕਿ ਵਾਹਣ ਨਹੀਂ ਵਸਣਾ, ਭਾਵੇਂ ਕੁਝ ਵੀ ਹੋ ਜਾਵੇ। ਬਸ ਮੇਰਾ ਵੀ ਇਹੀ ਫੈਸਲਾ ਹੈ। ਮੇਰੀ ਗੱਲ ਸੁਣ ਲਵੋ, ਇਹ ਜੂਲਾ ਗੱਲ ਵਿੱਚੋਂ ਲਾਉਣ ਲਈ ਕਈਆਂ ਦੀਆਂ ਗੱਲਾਂ ਸੁਣ ਲਈ ਪੈਣਗੀਆਂ, ਪਰ ਤੁਸੀਂ ਹਿੰਮਤ ਨਹੀਂ ਜੇ ਹਾਰਨੀ। ਚਲੋ ਫਿਰ ਘਰਦਿਆਂ ਨੂੰ ਇਹ ਦਿਓ ਜਵਾਬ ਕਿ ਅਸੀਂ ਇਹ ਵਾਣ ਵੱਟਣ ਦਾ ਕੰਮ ਜਿਹੜਾ ਨਾ ਇਹ ਨਹੀਂ ਕਰਨਾ, ਸ਼ਹਿਰ ਜਾ ਕੇ ਭਾਵੇਂ ਰਕਸ਼ਾ ਹੀ ਕਿਉਂ ਨਾ ਚਲਾਉਣਾ ਪਵੇ। ਜ਼ਮੀਨ ਅਤੇ ਆਸਮਾਨ ਦਾ ਫਰਕ ਹੈ ਤੇਰੇ ਅਤੇ ਮੇਰੇ ਵਿੱਚ। ਮੈਨੂੰ ਵੀ ਤਾਂ ਤੇਰੇ ਨਾਲ ਹੀ ਨਰੜਿਆ ਏ। ਮੈਨੂੰ ਕੀ ਆਖਦੀ ਹੈ, ਆਪਣੇ ਘਰਦਿਆਂ ਨੂੰ ਪੁੱਛ। ਤੂੰ ਪੁੱਛ ਆਪਣੇ ਮਾਪਿਆਂ ਨੂੰ, ਆ ਗਏ ਸੀ ਸਾਡੇ ਘਰ, ਅਲਾਣੀ ਮੰਜੀ ਡਾਹ ਕੇ ਬਹਿ ਗਏ ਸੀ। ਇਹੀ ਕੁੜੀ ਪ੍ਰਨਾਣੀ ਏ, ਸਾਡੀ ਝੋਲੀ ਭਰ ਦਿਓ, ਭਰ ਦਿਓ ਸਾਡੀ ਝੋਲੀ। ਗੱਲਾਂ ਕਰਦਾ ਫਿਰਦਾ। ਮੈਂ ਤਾਂ ਕੋਈ ਨਹੀਂ ਸੀ ਆਂਦਾ, ਇਹ ਤਾਂ ਸਾਰੀ ਬਰਾਦਰੀ ਆਂਦੀ ਸੀ। ਦੂਜੀ ਕਰ ਲੈ ਆਪਣੇ, ਅਖੇ ਰੰਡੇ ਬੰਦੇ ਨੂੰ ਤਾਂ ਚੌਂਕੇ ਕੋਈ ਨਹੀਂ ਚਾੜਦਾ। ਨਾ ਪਹਿਲੀ ਵੀ ਤਾਂ ਸਿਸਕੀਆ ਲੈ ਕੇ ਮਰ ਗਈ ਨਾ। ਆ ਤਾਂ ਸੀਏ ਵੀ ਤਾਂ ਤੂੰ ਹੀ ਦਿੰਦਾ ਹੁੰਦਾ ਸੀ, ਤਾਨੇ ਮਾਰਦਾ ਹੁੰਦਾ ਸੀ ਏਡੇ ਵੱਡੇ ਵੱਡੇ। ਗੱਲਾਂ ਕਰਦਾ ਫਿਰਦਾ। ਨਾ ਤੇਰੇ ਪੱਲੇ ਕੀ ਸੀ? ਮੇਰੇ ਪੱਲੇ ਸਭ ਕੁਛ ਸੀ, ਬਰਾਦਰੀ ਦੀ ਤਾਕਤ ਸੀ ਮੇਰੇ ਪਿੱਛੇ। ਝੂਠਾ ਮਾਣ ਕਰਦਾ ਸਾਂ ਬਰਾਦਰੀ ਤੇ, ਬਰਾਦਰੀ ਬਰਾਦਰੀ ਬਰਾਦਰੀ। ਆ ਗਿਆ ਮੇਰਾ ਸ਼ੇਰ ਪੁੱਤਰ, ਮੇਰੇ ਕੋਲ ਦਾ ਵਾਰਸ, ਅੱਜ ਫਿਰ ਖਾਲੀ ਹੱਥ ਆ ਗਿਆ। ਖਾਲੀ ਹੱਥ ਨਹੀਂ ਆਇਆ, ਸ਼ਿਕਾਰ ਲੈ ਕੇ ਆਇਆ, ਆ ਬਾਹਰ ਰੱਖਿਆ ਬੇੜੇ 'ਚ। ਉਹ ਲਿਆ ਓਏ, ਬੜੇ ਦਿਨ ਹੋ ਗਏ ਸ਼ਿਕਾਰ ਨਹੀਂ ਖਾਧਾ, ਹੁਣ ਤੇ ਆਂਦਰਾਂ ਤਰਸ ਗਈਆਂ ਨੇ। ਲੱਗਦਾ ਸਾਨੂੰ ਪਿੰਡ ਛੱਡਣਾ ਪੈਣਾ ਹੈ, ਐਤਕੀ ਕੁਕਾਰਾ ਜ਼ਰੂਰ ਵਰਤੂਗਾ, ਦਰਿਆ ਬਹੁਤ ਚੜਿਆ ਪਿਆ। ਮੈਂ ਨਹੀਂ ਇਹ ਛੱਡਣਾ ਪਿੰਡ, 30 ਸਾਲ ਹੋ ਗਏ ਅਸੀਂ ਇੱਥੇ ਬੈਠੇ ਰਹੇ, ਅਮੀ ਨਾ ਪਵੇ ਤਾਂ ਅਸੀਂ ਕਿਵੇਂ ਜੀਵੀਏ? ਹੈਂ, ਅਕਾਈ ਸਰਕੜਾ ਕਿਵੇਂ ਹਰਾ ਹੋਵੇ, ਅਸੀਂ ਵਾਣ ਕਿਵੇਂ ਵੱਟੀਏ? ਨਾ ਅਸਾਂ ਇਹ ਪਿੰਡ ਛੱਡ ਕੇ ਕਿਤੇ ਹੋਰ ਕਿਉਂ ਨਹੀਂ ਚਲੇ ਜਾਂਦੇ? ਮੇਰੇ ਮਾਂ ਪਿਓ ਜੈਸਲਮੇਰ ਰਾਜਸਥਾਨ ਤੋਂ ਉੱਠ ਕੇ ਇੱਥੇ ਕੰਧੀਆਂ ਆ ਬੈਠੇ, ਮੇਰਾ ਪਿਓ ਆਪਣੇ ਰਿਸ਼ਤੇਦਾਰ ਵੀ ਲੈ ਆਇਆ, ਹਜ਼ਾਰ ਵੀ ਆ ਬਾਣ ਸੀ, ਜੰਗਲ ਹੀ ਜੰਗਲ, ਕਾਨੇ ਕਾਨੇ, ਅਸੀਂ ਸਾਰਾ ਸਾਰਾ ਦਿਨ ਕਾਨੇ ਵੜਦੇ ਪਰ ਕਾਨੇ ਨਾ ਮੁੱਕਦੇ। ਅਸੀਂ ਤਾਂ ਪੱਕੇ ਪਿੰਡ ਰਹਿੰਦੇ ਸੀ। ਆਹੋ ਰਹਿੰਦੇ ਸੀ ਪਰ ਅਸੀਂ ਇੱਧਰ ਸਾਰਾ ਦਿਨ ਕਾਨੇ ਵੜਦੇ, ਉਹ ਪਾਰਲੇ ਪਿੰਡ ਜਾ ਕੇ ਕੁੱਲ ਬਣਾਉਂਦੇ, ਵਾਣ ਵੱਟਦੇ, ਮੰਜੀਆਂ ਬੁਣਦੇ ਤੇ ਵੇਚਣ ਜਾਂਦੇ। ਨਾ ਤੁਹਾਡਾ ਕੋਈ ਇੱਕ ਕਿੱਤਾ ਰਿਹਾ ਹੈ ਕਦੀ? ਤੁਸੀਂ ਕਦੀ ਖੇਸ ਵੇਚੇ, ਕਦੀ ਸਬਜ਼ੀਆਂ ਵੇਚੀਆਂ, ਤਾਂ ਕਦੀ ਆ ਵਾਣ ਵੱਟਿਆ? ਕੋਈ ਰਾਹ ਨਾ ਛੱਡਿਆ ਤੁਸਾਂ ਨੇ, ਪਰ ਕਾਮਯਾਬ ਕਿਤੇ ਨਾ ਹੋਏ। ਜਦੋਂ ਬੰਦਾ ਆਪਣੀ ਜ਼ਮੀਨ ਤੋਂ ਉਖੜ ਜਾਂਦਾ ਹੈ ਨਾ ਪੁੱਤਰਾ, ਤੇ ਉਹਦੀ ਕਿਤੇ ਜੜ ਨਹੀਂ ਰਹਿੰਦੀ, ਉਹਨੂੰ ਜੋ ਕੰਮ ਮਿਲੇ ਉਹ ਕਰ ਲੈਂਦਾ ਹੈ। ਢਿੱਡ ਜੋ ਭਰਨਾ ਹੋਇਆ ਹੁਣ ਚੱਲਿਆ ਕਿੱਥੇ ਹੈ? ਇਹੀ ਤਾਂ ਸਾਡੇ ਨਾਲ ਹੋਇਆ ਹੈ। ਮੇਰਾ ਪਿਓ ਅਨਪੜ੍ਹ ਸੀ, ਖੇਸਾਂ ਦਾ ਕੰਮ ਸੀ, ਵਿੱਚੇ ਛੱਡ ਦਿੱਤਾ, ਮੈਂ ਵੀ ਕੋਈ ਕੰਮ ਨਾ ਕਰ ਸਕਿਆ। ਹੁਣ ਕਿਹੜਾ ਕਿਸੇ ਕੰਮ 'ਚ ਪੂਰੀ ਪਾਈ ਏ? ਪਾਰਲੇ ਪਾਰ ਮੁਸਲਮਾਨਾਂ ਦਾ ਪਿੰਡ ਹੈ, ਇੱਕ ਰਾਤ ਮੈਂ ਤਰਕੇ ਲੱਭੂ ਨੂੰ ਜਾ ਮਿਲਿਆ। ਲੱਭੂ ਚੰਗਾ ਸ਼ੋਰ ਸੀ। ਚੰਗਾ ਤਾਂ ਸੀ ਪਰ ਹੈ ਤਾਂ ਮੁਸਲਮਾਨ ਸੀ ਨਾ, ਅਸੀਂ ਸਾਰਾ ਕਾਰੋਬਾਰ ਉਹਨਾਂ ਦੇ ਨਾਲ ਕਰਦੇ, ਪਰ ਰੋਟੀ ਰੋਟੀ ਮੈਂ ਆਪਣੀ ਆਪਣੇ ਹੱਥੀਂ ਵੱਖਰੀ ਬਣਾਉਂਦਾ ਸੀ, ਪਰ ਸੌਂਦਾ ਮੈਂ ਉਹਨਾਂ ਦੇ ਘਰ ਸੀ। ਉਹ ਪਿੰਡ ਜਿੱਥੇ ਮੈਂ ਕੁੱਲ ਬਣਾਉਂਦਾ ਸੀ ਮੇਰਾ ਦੁਸ਼ਮਣ ਬਣ ਗਿਆ, ਅਤੇ ਫਿਰ ਮੈਂ ਕਦੇ ਵੀ ਉਸ ਪਿੰਡ ਨਾ ਜਾ ਸਕਿਆ। ਮੈਂ ਆਖਿਆ
कारने मुकते जा रहे ने, मुंज भी मुकती जा रही है। वाण तो हूँ कोई खरीददा नहीं, नवार वाली मंजिया जो आ गई ने। तेरा मतलब एक कानिया वाला जंगल, अपनी बरादरी, अपना मल्ला छड़ के चली जाएगी? एक कदम हो सकता है? तू इत्थे ही रही प्यो वांग, जिंदगी विच कल्ला सैं तो कल्ला ही रही, मना दी लकड़ी वांग। हाँ हाँ, मैं सुखा रुख हाँ, पीला पत्ता, ना टिकता ना हिलता, मैं अपनी बरादरी नहीं छड़ सकता। बिरादरी बिरादरी दिता है तेनों बिरादरी ने, शरीका बन के तेरे दुखा विच वादा किता है, मलम नहीं लाई सगो जख्म खरे किते ने। ले पानी पी। ध्यान ना फड़ देन जरा, पीछे का थोड़ा, तेरा ध्यान पता नहीं कित्थे चला जाता वा। कमलिए इत्थे रख इनू। शुक्र है रब दा, किन्ने दिन बाद सूरज दा वो वेख्या। मेरे मुंह ते लिशकारे कौन मारदा पिया? लिशकारे किन्ने मारने तेरे मुंह ते? उठ वेख किड्डा दिन चाड़े आया, अलेप छड़, चाह पी ते मोला मार चल के। पढ़। मैं शिकार ते चलिया, हो सकदा मैं अज ना मुड़ा। क्यों? मौत ते शिकार दा की भरोसा, कदों आ जावे? सारा दिन शिकार ते तुरे रहिंदा है, ना इनू कोई होर काम नहीं? ना मैं शिकार ना लिया तो तुसी खांदे की हो? घर विच आटे वास्ते तो पैसे है नहीं, इत्थे सुता रहिंदा। मैं शिकार लियाना तो तुसी सारा बंट दिंदे हो, तो मेरे दुश्मन दे घर शिकार को देना है? मैं की बुरा लग गया है, मेरी पढ़ाई की फीस भी तो उही देंदे रहने ना। इन्हें दुश्मन शरीका ने मेरे जड़ी तेल पाया है। की जड़ी तेल पाया थे? मैं ना वास्ते की नहीं किया, काम करने वास्ते मैं पिंडा विच पौंदा रहा, गली गली माल बेचता रहा, पर इन्हें मैनू कदे कोई हिसाब ना दिता। पैसे कमा के इन्हों देंदा रहा, पर इन्हें मैं हमेशा घाटा विखाया, ते आप कारोबार वाले बन बैठे। तू हमेशा नेक बंदा जो बनया रहा, पर मैं कभी किसी ने धोखा नहीं किया। पर तू जिंदगी च कमाया की है? की कमांदा मैं? सारी उम्र कमा के तेरी पढ़ाई ते लाउंदा रहा, पर मेरे रिश्तेदार हैं, मेरे रिश्तेदार हैं, हमेशा मैंने धोखा देता है। पर तू तू धोखा क्यों ना देता? तू हमेशा सच्चाई से चलता रहा, यही तेरा कसूर है, भुगत होना। सारे तेनू टिच समझते ने, सारे ने पक्के घर पा ले, तो तू हाले भी साल ते बैठा। मैं ना सारे नू वेख लवांगा, तो मेरे नाल चल माल वेचन, मेरी बांह फड़। मेरा तेरा कोई रिश्ता नहीं, मैं तेरे नाल नहीं जावांगा। आहो, तेरा मेरा कोई रिश्ता नहीं, मैं औलाद दे हुंदे होया भी बे औलाद हाँ। मैं तो एक सुखा होया रुख हाँ, जो दिन रात एक करके
ਕੁੱਤੇ ਵਾਂਗ ਜੱਟਦਾ ਰਹਿੰਦਾ। ਆ ਫੜ ਸਿਰਾ ਤੇ ਗੋਲਾ ਕਰ ਫੜ। ਹੁਣ ਤਾਂ ਮੈਨੂੰ ਕੋਈ ਸਿਰਾ ਨਜ਼ਰ ਨਹੀਂ ਆਉਂਦਾ। ਨਜ਼ਰ ਕੱਟ ਗਈ ਏ ਤੇਰੀ। ਆਹੋ ਹੁਣ ਤਾਂ ਕਾਨੇ ਵੀ ਨਹੀਂ ਛਿੱਲੇ ਜਾਂਦੇ। ਕਾਨੇ ਨਹੀਂ ਛਿੱਲੇ ਜਾਂਦੇ ਤੇ ਮੋਲਾ ਤੇ ਮਾਰ ਸਕਦਾ ਏ ਨਾ। ਆ ਛੇਤੀ ਛੇਤੀ ਗੋਲਾ ਕਰ ਤੇ ਚੱਲ ਕੇ ਕਾਨਿਆਂ ਨੂੰ ਵੇਖ। ਐਵੇਂ ਹੌਸਲਾ ਨਾ ਛੱਡ, ਦਿਲ ਛੋਟਾ ਨਹੀਂ ਕਰੀਦਾ ਹੁੰਦਾ। ਲੈਂ ਭਰਾ ਕੀ ਹਾਲ ਆ? ਠੀਕ ਹੈ ਭਰਾਵਾ, ਜਿਹੜਾ ਦਿਨ ਨਿਕਲ ਜਾਵੇ। ਆ ਬਹਿ ਜਾ। ਲੈਂ ਭਰਾ, ਉਹ ਸੁਣਿਆ ਕਹਿੰਦੀ ਸਰਕਾਰ ਨੇ ਕਬਜ਼ੇ 'ਚ ਲੈ ਲਈਆ। ਕੀ ਗੱਲਾਂ ਪਿਆ ਕਰਨਾ? ਇੱਥੇ ਚਾਰੇ ਪਾਸੇ ਕਿੱਕਰ, ਟੱਕ, ਬੇਰੀਆਂ ਅਤੇ ਕਰੀਰ ਹੁੰਦੇ ਸੀ। ਮਹਾਰਾਜੇ ਆਖਦੇ ਸੀ ਵੀ ਜਿਹੜਾ ਜੰਗਲ ਨੂੰ ਆਬਾਦ ਕਰੂਗਾ ਜ਼ਮੀਨ ਉਸੇ ਦੀ ਹੋਸੀ। ਪਰ ਜ਼ਮੀਨ ਤਾਂ ਸਰਕਾਰ ਨੇ ਕਬਜ਼ੇ 'ਚ ਲੈ ਲਈ। ਹਨੇਰ ਸਾਈਂ ਦਾ, ਸਾਰੀ ਜ਼ਿੰਦਗੀ ਅਸੀਂ ਵਾਹਿਆ ਪਾਲਿਆ, ਧੱਕ ਦੇ ਪੱਤਿਆਂ ਦੇ ਡੂਨੇ ਬਣਾ ਕੇ ਸ਼ਹਿਰ ਵਿੱਚ ਕਿੱਥੇ ਜਾਵਾਂਗੇ? ਆ ਮੁੰਝ ਪੁੱਟਣੀ ਕਿਉਂ ਛੱਡ ਦਿੱਤੀ ਆ? ਅੱਗੇ ਕਿਉਂ ਨਹੀਂ ਤੁਰਦਾ? ਪਤਾ ਨਹੀਂ ਹੋਰ ਕਿੰਨੀ ਵਾਰੀ ਉੱਜੜਾਂਗੇ। ਪਾਕਿਸਤਾਨ ਨੂੰ ਉੱਜੜ ਕੇ ਆਏ, ਬੰਜਰ ਜ਼ਮੀਨਾਂ ਨੂੰ ਵਾਦ ਕੀਤਾ, ਉਹ ਵੀ ਬਿਨਾਂ ਕਿਸੇ ਲਾਲਚ ਦੇ। ਦਰਿਆ ਦੇ ਪਾਰਲੇ ਪਿੰਡ ਵੀ ਲੋਕ ਹਮਲਾ ਕਰਨ ਬਾਰੇ ਸੋਚ ਰਹੇ ਨੇ। ਉਹ ਕਿਉਂ? ਤੈਨੂੰ ਨਹੀਂ ਪਤਾ? ਤੈਨੂੰ ਨਹੀਂ ਪਤਾ ਸਾਡੀ ਛੋਰੀ ਉਦਲ ਗਈ ਸੀ ਉੱਧਰ। ਅੱਛਾ, ਤਾਂ ਇਹ ਉਦੋਂ ਦਾ ਵੈਰ ਰੱਖਦੇ ਨੇ ਸਾਡੇ ਨਾਲ ਅਜੇ ਤੱਕ? ਅਸੀਂ ਵੀ ਤਾਂ ਉਹਨਾਂ ਦੀ ਛੋਰੀ ਉਧਾਰ ਲਿਆਏ ਸੀ ਭਰਾਵਾ। ਲੜਾਈ ਕਿਸੇ ਨੂੰ ਚੰਗੀ ਨਹੀਂ ਲੱਗਦੀ, ਜਾਂ ਸਾਰਿਆਂ ਨੂੰ ਪਿਆਰੀ ਹੁੰਦੀ ਹੈ। ਪਤਾ ਨਹੀਂ ਇਹ ਨਫ਼ਰਤਾਂ ਦੇ ਬੀਜ ਕਦੋਂ ਤਾਈਂ ਉੱਗਦੇ ਰਹਿਣਗੇ। ਜਦੋਂ ਤੱਕ ਉਸ ਪਾਰ ਅਤੇ ਇਸ ਪਾਰ ਦੇ ਲੋਕ ਛਵੀਆਂ ਉਲਾਰਦੇ ਰਹਿਣਗੇ, ਇਹ ਦਰਿਆ ਵਗਦੇ ਰਹਿਣਗੇ। ਅਸੀਂ ਉਸ ਪਾਰ ਅਤੇ ਉਹ ਇਸ ਪਾਰ ਨਹੀਂ ਆ ਸਕਣਗੇ। ਅੱਛਾ ਮੈਂ ਚੱਲਦਾ, ਮੈਂ ਕੜੀਆਂ ਇਕੱਠੀਆਂ ਕਰਨੀਆਂ, ਘਰ ਬਣਾਉਣਾ ਨਾ ਨਵਾਂ। ਅੱਛਾ ਫਿਰ ਲੈਂਬਰਾ, ਚੰਗਾ ਮੈਂ ਚੱਲਦਾ ਬਈ। ਤੂੰ ਮੁੰਜ ਕੁੱਟ, ਧਰਨੀ ਵੀ ਠੀਕ ਕਰਨੀ ਆ। ਉਹ ਚੰਗਾ ਬਈ। ਮੈਂ ਤੇਰੀ ਔਲਾਦ ਨਹੀਂ। ਮੈਨੂੰ ਨਹੀਂ ਪਤਾ ਮੇਰਾ ਪਿਓ ਕੌਣ ਹੈ। ਮੈਂ ਹਮੇਸ਼ਾ ਤੈਨੂੰ ਪੁੱਤਰਾਂ ਵਾਂਗ ਪਾਲਿਆ ਹੈ। ਮੈਂ ਨਹੀਂ ਜਾਣਦਾ, ਮੇਰੀ ਮਾਂ ਇੱਕ ਦਿਨ ਗੱਲਾਂ ਕਰ ਰਹੀ ਸੀ, ਮੈਂ ਸੁਣ ਲਈਆਂ ਸੀ। ਮੈਂ ਆਪਣੇ ਪਿਓ ਨੂੰ ਕਦੇ ਨਹੀਂ ਦੇਖਿਆ। ਇਹ ਇੱਕ ਲੰਮੀ ਕਹਾਣੀ ਹੈ। ਇਸੇ ਕਰਕੇ ਮੈਨੂੰ ਨਫ਼ਰਤ ਕਰਦਾ ਰਿਹਾ। ਇਹ ਮੇਰਾ ਪਿਓ ਨਹੀਂ, ਮੇਰਾ ਦੁਸ਼ਮਣ ਬਣਿਆ ਰਿਹਾ। ਮੈਨੂੰ ਤੁਹਾਡੇ
ਦੋਹਾਂ ਦੀ ਲੋੜ ਹੈ ਸਹਾਰੇ ਦੀ। ਤੂੰ ਹਮੇਸ਼ਾ ਮੈਨੂੰ ਦੁਰਕਾਰਦਾ ਰਿਹਾ, ਮੇਰੀ ਬੇਇੱਜ਼ਤੀ ਕਰਦਾ ਰਿਹਾ, ਮੈਂ ਸਹਿੰਦੀ ਰਹੀ ਹਾਂ। ਕਿੰਨੀ ਵਾਰੀ ਤੇਰਾ ਘਰ ਛੱਡਣਾ ਚਾਹਿਆ, ਪਰ ਤੇਰਾ ਟੱਬਰ ਮੇਰਾ ਦੁਸ਼ਮਣ ਬਣਿਆ ਰਿਹਾ। ਤੂੰ ਇਹਨੂੰ ਛੱਡ ਕਿਉਂ ਨਾ ਦਿੱਤਾ ਰਾਕਸ਼ ਨੂੰ? ਕਿਵੇਂ ਛੱਡਦੀ, ਕਿਵੇਂ ਛੱਡਦੀ? ਮਾਂ ਪਿਓ ਦੀ ਇੱਜ਼ਤ ਕੰਧ ਬਣ ਕੇ ਖੜੀ ਹੋ ਗਈ ਸੀ ਮੇਰੇ ਸਾਹਮਣੇ। ਮੈਂ ਹਮੇਸ਼ਾ ਤੈਨੂੰ ਦਰਿਆ ਵਾਂਗ ਤਰਿਆ ਏ, ਤੂੰ ਮੈਨੂੰ ਜੀਣਾ ਸਿਖਾਇਆ। ਮੈਂ ਰਾਕਸ਼ ਸੀ, ਤੂੰ ਮੈਨੂੰ ਜੂਨ ਜੋਗਾ ਬਣਾਇਆ। ਮੈਂ ਇਹਨਾਂ ਖੇਤਾਂ 'ਚ ਸ਼ਿਕਾਰ ਕਰਾਂਗਾ, ਇਹ ਖੇਤ ਮੇਰੇ ਨੇ, ਇਹ ਘਰ ਮੇਰਾ ਹੈ, ਇਹ ਸਭ ਕੁਛ ਮੇਰਾ ਹੈ। ਹਾਂ, ਇਹ ਸਭ ਕੁਛ ਮੇਰਾ ਹੈ। ਮੈਂ ਇਕੱਲਾ ਰਹਿ ਗਿਆ, ਮੇਰੇ ਪੈਰ ਨਹੀਂ ਟੁਰਦੇ, ਪਰ ਮੈਂ ਤਦ ਤੱਕ ਵਾਨ ਮੱਟਦਾ ਰਹਾਂਗਾ ਜਦ ਤੱਕ ਸਾਰੀ ਮੁੰਜ ਨਹੀਂ ਖਤਮ ਹੋ ਜਾਂਦੀ। ਮੇਰੇ ਵਾਨ ਦੀ ਤੰਦ ਇੰਨੀ ਲੰਮੀ ਹੋਵੇਗੀ ਕਿ ਉਹਦਾ ਇੱਕ ਸਿਰਾ ਦਰਿਆ ਦੇ ਦੂਸਰੇ ਪਾਰ ਚਲਾ ਜਾਵੇਗਾ। ਮੈਂ ਫਿਰ ਉੱਠ ਕੇ ਵਾਹਣ ਵਿੱਚ ਉਸ ਪਿੰਡ ਜਾਵਾਂਗਾ, ਦਰਿਆ ਜ਼ਰੂਰ ਉਤਰੇਗਾ, ਫਿਰ ਚਿੱਟੇ ਚਿੱਟੇ ਹੱਥਾਂ ਵਿੱਚੋਂ ਚਾਂਦੀ ਅਤੇ ਚਿੱਟੇ ਚਿੱਟੇ ਰੁਪਈਏ ਨਿਕਲਣਗੇ। ਪਰ ਮੈਂ ਇਕੱਲਾ ਕੀ ਕਰਾਂ? ਮੁੰਡਾ ਤੇ ਬੜਾ ਦੂਰ ਨਿਕਲ ਗਿਆ, ਮੈਂ ਬੜਾ ਰੁਕਿਆ ਰੁਕਿਆ ਨਹੀਂ ਕਹਿੰਦਾ ਹੈ। ਜਦੋਂ ਤੱਕ ਮੈਨੂੰ ਮੇਰਾ ਪਿਓ ਨਹੀਂ ਮਿਲੇਗਾ ਮੈਂ ਵਾਪਸ ਨਹੀਂ ਆਊਂਗਾ। ਮੈਂ ਤਾਂ ਆਪ ਉਲਝ ਗਿਆ, ਵਾਹਨ ਦਾ ਸਿਰਾ ਨਹੀਂ ਲੱਭਦਾ, ਸਿਰਾ ਕਿਵੇਂ ਲੱਭਾਂ? ਮੈਂ ਵੀ ਉਲਝ ਗਈ ਹਾਂ ਇਸ ਵਾਹਨ ਵਾਂਗ, ਜ਼ਿੰਦਗੀ ਦੀਆਂ ਲਹਿਰਾਂ 'ਚ ਕਿਤੇ ਟਿਕਾਣਾ ਨਹੀਂ ਰਿਹਾ। ਜੇ ਵਾਹਨ ਦਾ ਸਿਰਾ ਲੱਭ ਜਾਵੇ ਤਾਂ ਮੇਰੀਆਂ ਨਸਾਂ ਵਿੱਚ ਇੱਕਰਾਂ ਫਿਰ ਜ਼ਿੰਦਗੀ ਦੌੜ ਪਵੇ। ਮੈਂ ਸ਼ਿਕਾਰ ਕਰਦਾ ਕਰਦਾ ਪਿੱਛੇ ਪਿੱਛੇ ਆ ਗਿਆ। ਤੈਨੂੰ ਪਤਾ ਨਹੀਂ ਖੇਤਾਂ ਵਿੱਚ ਕਿਸੇ ਵੀ ਸ਼ਿਕਾਰ ਦੀ ਮਨਾਹੀ ਹੈ? ਇਹ ਹੁਕਮ ਤੁਹਾਡੇ ਲਈ ਹੋਵੇਗਾ, ਮੇਰੇ ਵਾਸਤੇ ਨਹੀਂ। ਇਹ ਹੁਕਮ ਸਭ ਲਈ ਹੈ ਤੇ ਜਿਹੜਾ ਇਸ ਹੁਕਮ ਨੂੰ ਨਹੀਂ ਮੰਨਦਾ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਕਿਹੜੀ ਸਜ਼ਾ? ਉਹਨਾਂ ਦਾ ਇੱਥੇ ਹੋਣਾ ਮਨਾ ਕਰ ਦਿੱਤਾ ਜਾਂਦਾ ਹੈ। ਵੈਸੇ ਤੂੰ ਹੈ ਕਿਹੜੇ ਪਿੰਡ ਦਾ? ਮੈਂ ਵਾਣ ਵਟਕੋਂ ਦੇ ਪਿੰਡ ਦਾ। ਤੁਹਾਡੇ ਪਿੰਡ ਨਾਲ ਤਾਂ ਸਾਡੀ ਦੁਸ਼ਮਣੀ ਹੈ, ਨਾਲੇ ਸਾਡੀ ਦਾਦੀ ਕਹਿੰਦੀ ਸੀ ਕਿ ਵਾਣ ਵੱਟੂ ਪਿੰਡ ਨੂੰ ਸੰਨਾ ਲਾਉਂਦੇ ਨੇ।
ਨਾਲੇ ਪਿੰਡ ਦੀਆਂ ਕੁੜੀਆਂ ਨੂੰ ਉਧਾਲ ਕੇ ਲੈ ਜਾਂਦੇ ਨੇ। ਉਧਾਲ ਕੇ ਨਹੀਂ, ਵਿਆਹ ਕੇ ਲੈ ਜਾਂਦੇ ਨੇ। ਐ ਠੀਕ ਨਹੀਂ, ਚੰਗਾ ਹੋਏਗਾ ਜੇ ਤੂੰ ਇੱਥੋਂ ਦੌੜ ਜੇ, ਨਾਲੇ ਇਸ ਖੇਤਾਂ ਵੱਲ ਮੁੜ ਵਾਪਸ ਨਾ ਆਈ। ਮੈਨੂੰ ਪਿੰਡ ਦਾ ਨਹੀਂ ਲੱਗਦਾ ਜੇ ਕਿਸੇ ਨੇ ਵੇਖ ਲਿਆ ਤੇ ਆਫਤ ਆ ਜਾਏਗੀ। ਮੈਂ ਕਿਸੇ ਆਫਤ ਤੋਂ ਨਹੀਂ ਡਰਦਾ, ਮੇਰੀ ਜੜ ਇਸ ਦਰਿਆ ਦੇ ਪਾਰ ਲੱਗੀ ਹੋਈ। ਇੰਜ ਦੀਆਂ ਗੱਲਾਂ ਨਾ ਕਰ, ਇੰਜ ਦੀਆਂ ਗੱਲਾਂ ਕਰਨ ਵਾਲੇ ਨੂੰ ਸਾਡੇ ਪਿੰਡ ਦੇ ਲੋਕੀ ਮਾਰ ਦਿੰਦੇ ਨੇ। ਤੇ ਮਾਰ ਦੇਣ, ਮੈਂ ਆਪਣੀ ਮਿੱਟੀ 'ਚ ਮਰਾਂਗਾ ਤਾਂ ਸੁਰਗਾਂ ਨੂੰ ਜਾਵਾਂਗਾ। ਓਏ ਕੌਣ ਤੂੰ? ਕੌਣ ਸੀ? ਕੋਈ ਅਜਨਬੀ ਸੀ, ਰਾਹ ਪੁੱਛ ਰਿਹਾ ਸੀ। ਇਹ ਕੋਈ ਅਜਨਬੀ ਨਹੀਂ ਸੀ, ਇਹ ਤਾਂ ਦੂਸਰੇ ਪਿੰਡ ਦਾ ਸ਼ੋਰ ਸੀ, ਸਾਡੇ ਦੁਸ਼ਮਣਾਂ ਦੇ ਪਿੰਡ ਦਾ। ਤੂੰ ਇਹਦੇ ਕੋਲ ਕੀ ਕਰਦੀ ਸੀ? ਮੈਂ ਤਾਂ ਸਿਰਫ ਰਾਹ ਹੀ ਦੱਸ ਰਹੀ ਸੀ। ਜਾ ਜਾ ਜਲਦੀ ਇੱਥੋਂ, ਅਸੀਂ ਆਪੇ ਸਿੱਝ ਲਾਂਗੇ ਇਹਨੂੰ। ਚੱਲ ਉਸਨੂੰ ਘਰ ਸੰਭਾਲ ਕੇ ਰੱਖੋ। ਕਿਸ ਨੂੰ? ਆਪਣੇ ਮੁੰਡੇ ਨੂੰ, ਹੋਰ ਕਿਸ ਨੂੰ? ਕੀ ਕੀਤਾ ਸੀ ਉਸਨੇ? ਪੁੱਛਦਾ ਕੀ ਕੀਤਾ ਉਸਨੇ? ਸਾਡੇ ਖੇਤਾਂ 'ਚ ਸ਼ਿਕਾਰ ਕਰਨ ਗਿਆ ਸੀ। ਇੱਥੇ ਤਾਂ ਚਾਰੇ ਪਾਸੇ ਕਲਰ ਹੀ ਕਲਰ ਸੀ, ਕਾਨੇ ਕਾਨੇ। ਆਬਾਦ ਕਰਨ ਨਾਲ ਮਾਲਕ ਨਹੀਂ ਬਣ ਜਾਂਦਾ? ਤੁਹਾਡੇ ਬਜ਼ੁਰਗਾਂ ਨੇ ਤਾਂ ਕਦੇ ਕੁਛ ਨਹੀਂ ਆਖਿਆ। ਬਜ਼ੁਰਗਾਂ ਦੀ ਮੁੱਕ ਗਈ ਬਜ਼ੁਰਗਾਂ ਨਾਲ, ਹੁਣ ਜੋ ਅਸੀਂ ਚਾਹਾਂਗੇ ਉਹੀ ਹੋਏਗਾ। ਆਹੋ ਸਾਨਾ, ਉੱਥੋਂ ਤੋਂ ਦੌੜਾਂ, ਹੁਣ ਸਿੱਝਦੇ ਹਾਂ ਤੈਨੂੰ। ਖਬਰਦਾਰ, ਇਹ ਤੁਹਾਡੀ ਜ਼ਮੀਨ ਨਹੀਂ, ਸਾਡਾ ਘਰ ਹੈ। ਇਹ ਤੁਹਾਡਾ ਘਰ ਨਹੀਂ, ਤੁਸੀਂ ਤਾਂ ਖਾਨਾ ਬਦੋਸ਼ ਹੋ। ਜਦੋਂ ਦੀਆਂ ਮੈਂ ਅੱਖਾਂ ਖੋਲੀਆਂ ਨੇ, ਇਹ ਖੇਤ, ਇਹ ਦਰਿਆ, ਇਹ ਘਰ, ਇਹ ਸਾਰਾ ਕੁਛ ਮੈਨੂੰ ਆਪਣਾ ਲੱਗਾ ਹੈ। ਮੁੰਜ ਖਤਮ ਹੋ ਗਈ ਹੈ ਤੇ ਜ਼ਮੀਨ ਜ਼ਮੀਨ ਵੀ ਆਬਾਦ ਹੋ ਗਈ ਹੈ। ਤੁਹਾਡੇ ਲਈ ਇਹੀ ਚੰਗਾ ਹੋਏਗਾ, ਇੱਥੋਂ ਚਲੇ ਜਾਓ। ਜਿੱਥੇ ਅਸੀਂ ਰਹਿੰਦੇ ਪਏ ਆ, ਸਾਰੀ ਜ਼ਮੀਨ ਉਹਨਾਂ ਦੀ। ਮੇਰਾ ਖੂਨ ਖੋਲਦਾ ਹੈ, ਮੇਰੀ ਭਾਵੇਂ ਕੰਢੀ ਵੱਢੀ ਜਾਵੇ ਪਰ ਮੈਂ ਜ਼ਮੀਨ ਨਹੀਂ ਛੱਡਾਂਗਾ। ਇਹ ਜ਼ਮੀਨ ਮੇਰੀ ਹੈ, ਥੈਂਕ ਯੂ।
ਦਿੱਤੀ ਹੈ। ਤੂੰ ਆ ਗਈ। ਮੇਰਾ ਪੁੱਤਰ 30 ਸਾਲਾਂ ਦਾ ਹੋ ਗਿਆ ਪਰ ਗੱਭਰੂ ਨਿਕਲਿਆ। ਮੇਰੀ ਧੀ ਵੀ 11 ਦੀ ਸ਼ੇਰਨੀ ਨਿਕਲੀ। ਪਰ ਤੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ। ਜੇ ਕਿਸੇ ਨੇ ਦੇਖ ਲਿਆ ਤੇ ਕਹਿਰ ਹੋ ਜਾਏਗਾ। ਮੈਂ ਘਰ ਇਕੱਲਾ ਕੀ ਕਰਾਂ? ਘਰ ਖਾਣ ਨੂੰ ਪੈਂਦਾ। ਉੱਤੋਂ ਮੇਰੀ ਤੀਵੀਂ ਮੇਰੇ ਨਾਲ ਕੁਫਰ ਬੋਲਦੀ ਹੈ। ਰਾਤ ਨੂੰ ਭੇਸ ਬਦਲ ਕੇ ਪਤਾ ਨਹੀਂ ਕਿਹਨੂੰ ਮਿਲਣ ਜਾਂਦੀ। ਆਪਣੀ ਤੀਵੀ ਤੇ ਉੱਜਾ ਨਾ ਲਾ। ਹਰ ਮਰਦ ਆਪਣੀ ਤੀਵੀ ਨੂੰ ਛੱਕ ਨਾਲ ਹੀ ਵੇਖਦਾ ਤੇ ਹਮੇਸ਼ਾ ਔਰਤ ਨੂੰ ਕੋਸਦਾ ਰਹਿੰਦਾ। ਤੂੰ ਆਪਣੇ ਆਪ ਨਾਲ ਤੇ ਔਰਤ ਨਾਲ ਧੋਖੇ ਦੀ ਖੇਡ ਖੇਡਦਾ ਰਹਿੰਦਾ। ਤੀਵੀ ਦੀ ਤਾਂ ਮਜਬੂਰੀ ਹੈ, ਉਹਦੇ ਮਾਂ ਬਾਪ ਤੇ ਉਹਦੇ ਪੁੱਤਰ। ਬੰਦੇ ਦਾ ਕੀ ਹੈ, ਇੱਕ ਵਾਰ ਪਾ ਲਿਆ ਬਸ ਸਭ ਖਤਮ। ਹੁਣ ਤੂੰ ਇਸ ਵਾਰ ਆਉਣ ਦੀ ਹਿੰਮਤ ਨਾ ਕਰੀ। ਪਰ ਸੰਤੀ, ਪਤਾ ਨਹੀਂ ਹੁਣ ਆਪਾਂ ਕਦੋਂ ਮਿਲਾਂਗੇ, ਪਰ ਮੈਂ ਹਮੇਸ਼ਾ ਤੇਰੇ ਲਈ ਹੱਥ ਫੈਲਾ ਕੇ ਰੱਖਾਂਗਾ। ਅਸੀਂ ਤੇ ਬੁੱਢੇ ਹੋ ਗਏ ਹਾਂ ਹੁਣ। ਬੰਦਾ ਜਿੰਨਾ ਵੀ ਬੁੱਢਾ ਹੁੰਦਾ ਉਹਦੀਆਂ ਹਸਰਤਾਂ ਓਨੀਆਂ ਜਵਾਨ ਹੁੰਦੀਆਂ। ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਤੇ ਉਹਦੇ ਦਿਲ ਵਿੱਚ ਉਹਦੀਆਂ ਹਸਰਤਾਂ ਦਾ ਦਰਿਆ ਓਨਾ ਹੀ ਠਾਠਾ ਮਾਰਦਾ। ਸੰਧੀਏ, ਤੈਨੂੰ ਯਾਦ ਹੈ ਉਹ ਦਿਨ ਜਦੋਂ ਅਸੀਂ ਨਿੱਕੇ ਨਿੱਕੇ ਘਰ ਬਣਾ ਕੇ ਖੇਡਦੇ ਹੁੰਦੇ ਸੀ? ਅਸੀਂ ਛੋਟੇ ਛੋਟੇ ਖਿਡੌਣੇ ਬਣਾਉਂਦੇ ਹੁੰਦੇ ਸੀ ਅਤੇ ਜਦੋਂ ਕੋਈ ਖਿਡੌਣਾ ਟੁੱਟ ਜਾਂਦਾ ਤਾਂ ਤੂੰ ਮੇਰੇ ਨਾਲ ਰੁੱਸ ਜਾਂਦੀ ਸੀ ਅਤੇ ਮੈਂ ਤੈਨੂੰ ਮਨਾਉਂਦਾ ਰਹਿੰਦਾ ਸੀ। ਮੇਰਾ ਘਰ ਸੋਹਣਾ ਬਣਿਆ? ਨਹੀਂ, ਮੇਰਾ ਘਰ ਸੋਹਣਾ ਬਣਿਆ। ਨਹੀਂ, ਮੇਰਾ ਘਰ ਸੋਹਣਾ ਬਣਿਆ। ਮੈਂ ਤੇਰਾ ਘਰ ਤੋੜ ਦੇਣਾ। ਤੋੜ ਕੇ ਦਿਖਾ। ਨਾ ਰੋ, ਰੋਂਦੇ ਨੀ, ਨਾ ਰੋ, ਤੇਰਾ ਘਰ ਦੁਬਾਰਾ ਬਣਾ ਦਿੰਦਾ, ਨਾ ਰੋ। ਪਰ ਕੀ ਫਾਇਦਾ ਉਸ ਬਾਰੇ ਸੋਚਣ ਦਾ? ਮੈਂ ਇੱਥੇ ਆਇਆ ਸੀ, ਸਾਡੇ ਘਰ ਮੀਂਹ ਅਟੈਕ ਹੈ। ਕਦੀ ਸਾਡੇ ਪਿੰਡ ਦਰਿਆਓ ਪਰ ਆਈ, ਇਕੱਠੇ ਸਾਹ ਲਵਾਂਗੇ। ਸੋਮੂ ਨੇ ਮਿਹੜਾ ਮਾਰਿਆ ਮੈਨੂੰ ਮੰਡੀ 'ਚ। ਕਿਹੜਾ ਸੋਮੂ? ਉਹ ਹੀ ਸਬਜ਼ੀ ਮੰਡੀ ਵਾਲਾ ਆੜਤੀ ਆ। ਕਹਿੰਦਾ ਸੀ ਮੇਰਾ ਚਾਲ ਚੱਲਣ ਠੀਕ ਨਹੀਂ ਆ, ਮੈਂ ਗਲਤ ਜੁੱਟ ਬਣਾਉਣਾ ਹੈ, ਕਾਮਰੇਡਾਂ ਨਾਲ ਸੰਬੰਧ ਨੇ ਮੇਰੇ। ਤੂੰ ਪੁੱਠਾ ਰਾਹ ਕਿਉਂ ਫੜਿਆ ਏ? ਅਸੀਂ ਤਾਂ ਸਿੱਧੇ ਲੋਕ ਹਾਂ, ਹਮੇਸ਼ਾ ਆਜ਼ਾਦ ਰਹੇ ਹਾਂ। ਪੁੱਠਾ ਰਾਹ ਨਹੀਂ ਆ, ਇਹ ਸਿੱਧਾ ਰਾਹ ਆ, ਗਰੀਬਾਂ ਦਾ ਇੱਕੋ ਇੱਕ ਰਾਹ, ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਆ। ਇਹ ਹੀ ਪੜ੍ਹਿਆ ਸੀ ਮੈਂ ਕਿਤਾਬਾਂ 'ਚ। ਚੰਗਾ ਹੁੰਦਾ ਮੈਂ ਤੈਨੂੰ ਪੜ੍ਹਾਉਂਦਾ ਹੀ ਨਾ, ਅਨਪੜ੍ਹ ਹੀ ਰੱਖਦਾ, ਦਿਹਾੜੀ ਦੱਪਾ ਲਾਉਂਦਾ ਤਾਂ ਤੈਨੂੰ ਪਤਾ ਲੱਗ ਜਾਂਦਾ। ਸਾਰੀ ਬਰਾਦਰੀ ਮੈਨੂੰ ਨਫ਼ਰਤ ਕਰਦੀ ਹੈ, ਕਹਿੰਦੇ ਨੇ ਇਹਨੇ ਇਹਨੂੰ ਪੜ੍ਹਾ ਕੇ ਕੀ ਲੈਣਾ ਸੀ। ਤੂੰ ਠੀਕ ਆਖਦਾ ਸੀ, ਇੱਕੋ ਜਮਾਤਾਂ ਪੜ੍ਹ ਕੇ ਨੌਕਰੀ ਲੱਗੇਗਾ, ਘਰ ਦਾ ਸੁਧਾਰ ਹੋ ਜਾਏਗਾ, ਪਰ ਤੂੰ ਤਾਂ ਪੁੱਠੇ ਪਾਸੇ ਹੋ ਤੁਰਿਆ। ਇਹੀ ਸਿੱਧਾ ਪਾਸਾ ਹੈ, ਮੈਂ ਲੋਕਾਂ ਨੂੰ ਲਾਮਬੰਦ ਕਰਨਾ ਹੈ। ਅਮੀਰ ਲੋਕ ਲੋਕਾਂ ਨੂੰ ਲੁੱਟ ਕੇ ਹੋਰ ਅਮੀਰ ਹੋਈ ਜਾ ਰਹੇ ਨੇ। ਜੇ ਕੁਝ ਨਹੀਂ ਕਰਨਾ ਤਾਂ ਘਰ ਦਾ ਕੰਮ ਹੀ ਕਰ ਲੈ। ਪਾਰਲੇ ਪਾਰ ਪਿੰਡ ਵਿੱਚ ਲੋਕਾਂ ਨੇ ਕੁੱਪ ਬਣਾਉਣੇ ਨੇ, ਕੁੱਲ ਪਾਉਣੇ ਨੇ, ਸਿਰਕੀਆਂ ਲੈ ਜਾ ਉੱਧਰ, ਮਾਲ ਵੇਚ ਜਾ, ਘਰ ਜਾ, ਐਵੇਂ ਕਲੇਸ਼ ਨਾ ਕਰ। ਪੜ੍ਹ ਲਿਖ ਕੇ ਮੈਂ ਬਾਣ ਵੇਚਾਂ? ਮੈਂ ਨਹੀਂ ਕਰਨਾ ਨੀਚਾਂ ਵਾਲਾ ਕੰਮ। ਰੱਬ ਦੀ ਮਾਰ ਵਗੀ ਹੈ ਛੋਰ ਨੂੰ, ਆਪਣੇ ਕੰਮ ਨੂੰ ਨੀਚਾਂ ਵਾਲਾ ਕੰਮ ਆਖਦਾ ਹੈ। ਤੇਰੇ ਵਰਗੇ ਸ਼ਹਿਰ ਜਾ ਕੇ ਰਿਕਸ਼ਾ ਚਲਾਉਂਦੇ ਨੇ, ਬਾਣ ਨਹੀਂ ਵੱਟਦੇ, ਕੁੱਲ ਨਹੀਂ ਬਣਾਉਂਦੇ, ਦਰਜੀ ਪੁਣਾ ਕਰਦੇ ਨੇ, ਟਰੱਕ ਚਲਾਉਂਦੇ ਨੇ। ਕੋਈ ਨਹੀਂ ਪਾਉਂਦਾ ਹੁਣ ਕੁੱਲ, ਲੋਕ ਪੱਕੇ ਮਕਾਨ ਬਣਾਉਂਦੇ ਨੇ, ਇਹਨਾਂ ਸਿਰਕੀਆਂ ਦੀ ਹੁਣ ਕੋਈ ਲੋੜ ਨਹੀਂ।
ना ही कोई वाण वाली मंजी खरीददा है। तख्त पोश मिलते ने लोगों नवारी मंजिया सौंदे ने, इन्हां दी हमेशा लोड़ रहेगी। मैं तेनू पढ़ाया है अंबरसर सरोवर विच जा के मैं अरदासा करता रहा कि हे वाहेगुरु मेरे मुंडे नूं वड्डा अफसर बना, मेरियां फुलां तर जान। पर तू तो मेरिया कई कुलां तार दित्तियां वे, पहले दाना निकलिया। चंगा मैं चलदा हां, लोगों नूं मिलना हजे, अपनी गल करनी है मैं। बुनेगा कदों? मैनू नहीं पता मैं कदों मुड़ांगा। मेरिया बाहवां भी किन्नियां कमजोर हो गईयां ने, हुण ते बाण दी तंद भी नहीं फड़ सकदियां। मैं एक मजबूर बंदा, ना जी सकना ना मर सकना। ਪਰ ਤੂੰ ਵਸੰਦੇ ਦਾ ਮੁੰਡਾ ਨਹੀਂ? ਆਹੋ ਕਾਕਾ, ਆਪਣਾ ਸਾਰਾ ਧਿਆਨ ਆਪਣੇ ਪਿਓ ਵੱਲ ਦੇ, ਜਿਨ੍ਹਾਂ ਦਾ ਦਿਨ ਵੇਖੇ ਨਾ ਰਾਤ ਵੇਖੀ, ਦਿਨ ਰਾਤ ਮਿਹਨਤ ਕੀਤੀ ਆ। ਮੈਂ ਸਭ ਸਮਝ ਗਿਆ ਕਾਕਾ। ਅੱਜ ਕੱਲ੍ਹ ਤੇਰਾ ਬਹਿਣਾ ਖਲੋਣਾ ਨਵੇਂ ਨਵੇਂ ਬੰਦਿਆਂ ਨਾਲ ਹੋਣ ਲੱਗ ਪਿਆ। ਤੁਹਾਨੂੰ ਮੇਰਾ ਨਵੇਂ ਮੁੰਡਿਆਂ ਨਾਲ ਬਹਿਣਾ ਖਲੋਣਾ ਚੰਗਾ ਨਹੀਂ ਲੱਗਦਾ। ਕਾਕਾ ਮੇਰੀ ਗੱਲ 'ਤੇ ਗੌਰ ਕਰੀ। ਚੱਲ ਉੱਠ, ਹੌਸਲਾ ਨਹੀਂ ਢਾਈਦਾ। ਹੁਣ ਯਾਰਿਆਂ ਦੀ ਜ਼ਿੰਦਗੀ ਕਦੋਂ ਤੱਕ ਚੱਲਦੀ ਰਹੇਗੀ? ਸਾਨੂੰ ਵੀ ਕੋਈ ਟਿਕਾਣਾ ਮਿਲੇਗਾ? ਅਸੀਂ ਵੀ ਕਿਸੇ ਕੁੱਲੀ ਨੂੰ ਆਪਣਾ ਘਰ ਕਵਾਂਗੇ? ਇੱਕ ਥਾਂ ਟਿਕਾਣਾ ਬਣਦਾ ਹੈ, ਦੂਜੇ ਪਲ ਵੀਰਾਨਾ ਹੋ ਜਾਂਦਾ ਹੈ। ਮੈਂ ਲਾਗਲੇ ਪਿੰਡ ਜਾਣਾ ਹਮੀਦ ਦੇ, ਉਹਨਾਂ ਨੇ ਛੱਪੜ ਪਾਉਣਾ, ਉਹਨਾਂ ਦੀ ਧੀ ਦਾ ਵਿਆਹ। ਸੁਣਾ ਤਾਇਆ, ਕਾਹਨੇ ਛਿੱਲੀ ਜਾਣਾ ਆ? ਓਏ ਆਹੋ, ਨਾਲੇ ਕਾਹਨੇ ਛਿੱਲੀ ਜਾਣਾ ਹੈ ਅਤੇ ਨਾਲੇ ਮੈਂ ਉੱਪਰ ਵੇਖ ਕੇ ਨਾ ਬੱਦਲਾਂ ਵੱਲ ਰੱਬ ਦੇ ਰੰਗਾਂ ਦਾ ਨਜ਼ਾਰਾ ਜਿਹਾ ਲੈ ਰਿਹਾ। ਉਂਝ ਅੱਜ ਤਾਂ ਬਾਬਾ ਫਰੱਕਾ ਲੱਗਾ ਲੱਗਦਾ ਹੈ। ਆਹੋ ਅੱਜ ਤਾਂ ਰੁਕਿਆ ਹੈ, ਪਰ ਇਸਦਾ ਭਰੋਸਾ ਕੋਈ ਨਹੀਂ। ਤਾਇਆ ਕਰਲੀ ਤਾਂ ਕੋਈ ਨਹੀਂ ਚੱਲਦੀ। ਆਹੋ ਆਵਾਜ਼ ਤਾਂ ਕੋਈ ਮੈਨੂੰ ਵੀ ਨਹੀਂ ਆਉਂਦੀ। ਪਰ ਮੁੰਡਿਆ ਹੁਣ ਤਾਂ ਇਹ ਕਰਲੀਆਂ ਦੀਆਂ ਆਵਾਜ਼ਾਂ ਤੁਹਾਡੇ ਹੱਥਾਂ ਵਿੱਚ ਰਹਿ ਗਈਆਂ ਨੇ ਜਵਾਨਾਂ ਦੇ, ਅਸਾਂ ਕੀ ਕਰ ਲੈਣਾ? ਤਾਇਆ ਦਿਲ ਨਹੀਂ ਛੱਡੀਦਾ, ਬਸ ਦੋ ਚਾਰ ਦਿਨ ਹੋਰ ਨੇ, ਫਿਰ ਆਪੇ ਕੰਮ ਚੱਲ ਪੂ। ਚੰਗਾ ਤਾਇਆ ਮੈਂ ਚੱਲਦਾ ਫਿਰ। ਬਹਿ ਜਾ ਦੋ ਘੜੀਆਂ। ਉਹ ਤਾਇਆ ਬਾਪੂ ਦੀ ਦਵਾਈ ਲਈ ਸ਼ਾਹ ਤੋਂ 20 ਰੁਪਏ ਲਿਆਂਦੇ ਸੀ ਅਤੇ ਹੁਣ ਮੈਂ ਦਵਾਈ ਲੈਣ ਵੀ ਜਾਣਾ ਹੈ। ਆਹੋ ਵਾਹ ਮਾਲਕਾ, ਹੁਣ ਤਾਂ 20 ਰੁਪਈਆਂ ਵਾਸਤੇ ਵੀ ਸ਼ਾਹਾਂ ਕੋਲ ਜਾਣਾ ਪੈਂਦਾ ਹੈ। ਕੀ ਹਾਲ ਹੈ ਤੇਰਾ? ਤੂੰ ਅੱਜ ਕੱਲ੍ਹ ਨਜ਼ਰ ਹੀ ਨਹੀਂ ਆਉਂਦਾ।
ਓਏ ਨਜ਼ਰ ਕੀ ਆਉਣਾ ਆ, ਮੈਂ ਪਿੰਡ ਹੁੰਦਾ ਹੀ ਨਹੀਂ ਤੇ। ਅੱਛਾ ਤੇ ਵਾਣ ਵੇਚਣ ਜਾਣ ਲੱਗ ਪਿਆ। ਆ ਵਾਣ ਵੇਚਣ ਵਾਲੀ ਗੱਲ ਮੇਰੇ ਨਾਲ ਦੁਬਾਰਾ ਨਾ ਕਰੀ। ਜਦੋਂ ਵੇਖੋ ਵਾਣ ਵਾਣ ਵਾਣ, ਤੁਹਾਨੂੰ ਵਾਣ ਤੇ ਕੰਨਿਆਂ ਤੋਂ ਸਵਾਏ ਕੋਈ ਕੰਮ ਨਹੀਂ ਆਉਂਦਾ। ਮੈਂ ਨਹੀਂ ਕਰਦਾ ਹੁਣ ਛੋਟੇ ਮੋਟੇ ਕੰਮ। ਵੇਖ ਭਰਾ, ਤੂੰ ਮੇਰੇ ਤੋਂ ਚਾਰ ਜਮਾਤਾਂ ਪੜ੍ਹਿਆ ਵੱਧ ਜ਼ਰੂਰ ਹੈ, ਇਸ ਕਰਕੇ ਮੈਂ ਤੇਰੀ ਇੱਜ਼ਤ ਵੀ ਕਰਦਾ, ਪਰ ਤੇਰੀ ਆਹ ਗੱਲ ਮੈਨੂੰ ਚੰਗੀ ਨਹੀਂ ਉਹ ਲੱਗੀ। ਕਿਹੜੀ ਗੱਲ? ਆਹ ਵਾਣ ਵੇਚਣ ਵਾਲੀ। ਵੇਖ ਸੱਜਣਾ, ਜਿਸ ਕੰਮ ਤੋਂ ਕਮਾ ਕੇ ਮੈਂ ਆਪਣੇ ਮਾਂ ਬਾਪ ਨੂੰ ਰੋਟੀ ਖਵਾਉਂਦਾ, ਛੋਟੀ ਭੈਣ ਨੂੰ ਪੜ੍ਹਾਉਂਦਾ, ਉਹ ਕੰਮ ਕਿਵੇਂ ਘਟੀਆ ਹੋ ਸਕਦਾ? ਚੰਗਾ ਯਾਰ, ਮੈਂ ਚੱਲਦਾ। ਤੁਹਾਨੂੰ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ। ਮੈਂ ਰੱਖੀ ਗੁੱਗਿਆ, ਇਸ ਘਰ 'ਤੇ ਮਿਹਰ ਕਰੀ। ਆ ਲੈ ਚੂਰਮਾ। ਚੂਰਮਾ? ਅੱਜ ਗੁੱਗਾ ਹੈ, ਤੇਰਾ ਪਿਓ ਹੁੰਦਾ ਤੇ ਉਹਨੇ ਮਿੱਟੀ ਦਾ ਗੁੱਗਾ ਬਣਾ ਕੇ ਜੰਗਲ 'ਚ ਰੱਖਣਾ ਸੀ ਅਤੇ ਅੱਜ ਵਾਸਨਾ ਦੇਣਾ ਸੀ। ਤੂੰ ਕਿੱਥੇ ਸੀ? ਮੈਂ ਸਾਰੀ ਰਾਤ ਜੰਗਲ 'ਚ ਤਾਣੀ ਲਾ ਕੇ ਬੈਠਾ ਰਿਹਾ, ਸਾਰੀ ਰਾਤ ਅੱਖਾਂ 'ਚ ਲੱਗ ਗਈ, ਕੋਈ ਸਯੜ ਨਹੀਂ ਫਸਿਆ। ਪਰ ਪੁੱਤ, ਤੂੰ ਆਪਣੇ ਪਿਓ ਦੀ ਖਬਰ ਕਿਉਂ ਨਹੀਂ ਲੈਂਦਾ? ਮੈਂ ਖਬਰ ਨਹੀਂ ਲੈਣੀ, ਉਹ ਸਾਰੀ ਉਮਰ ਇਕੱਲਾ ਹੀ ਰਿਹਾ ਹੈ ਸੱਚਾ ਬੰਦਾ ਬਣ ਕੇ। ਨਫ਼ਰਤ ਹੈ ਮੈਨੂੰ ਇਹੋ ਜਿਹੇ ਬੰਦਿਆਂ ਤੋਂ। ਨਾ ਪੁੱਤ, ਤੇਰਾ ਪਿਓ ਤੇ ਸਾਰੀ ਉਮਰ ਨੇਕੀ ਦੀ ਰਾਹ 'ਤੇ ਚੱਲਦਾ ਰਿਹਾ। ਨੇਕੀ ਦਾ ਰਾਹ? ਤਾਂ ਹੀ ਉਹ ਤਾਂ ਸਾਰਿਆਂ ਤੋਂ ਪਿੱਛੇ ਰਹਿ ਗਿਆ। ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਨਾਲ ਠੱਗੀ ਨਾ ਮਾਰੋ, ਇਹੀ ਕਹਿੰਦਾ ਰਿਹਾ ਨਾ ਸਾਰੀ ਉਮਰ। ਚੱਲ ਛੱਡ, ਤੂੰ ਕੋਈ ਕੰਮ ਤੇ ਕਰ ਹੁਣ। ਕੀ ਕੰਮ ਕਰਾਂ? ਵਾਣ ਵੇਚਾਂ, ਸਿਰਕੀਆਂ ਵੇਚਾਂ, ਪਿੰਡ ਪਿੰਡ ਜਾ ਕੇ ਸਾਈਕਲ 'ਤੇ ਹੋਕਾ ਦਿਆਂ? ਕੋਈ ਨਹੀਂ ਲੈਂਦਾ ਹੁਣ ਸਿਰਕੀਆਂ, ਲੋਕ ਕੱਚੇ ਨਹੀਂ ਪੱਕੇ ਮਕਾਨ ਭਾਲਦੇ ਨੇ। ਪਰ ਮੋਲਾ ਤੇ ਮਾਰਨਾ ਹੀ ਪੈਣਾ ਹੈ, ਕੰਮ ਕਰਨ ਵਾਸਤੇ ਕੋਈ ਬੰਦਾ ਤੇ ਚਾਹੀਦਾ ਹੀ ਹੈ ਨਾ। ਮੈਂ ਇਕੱਲੀ ਵਾਣ 'ਤੇ ਨਹੀਂ ਵੱਟ ਸਕਦੀ। ਮੈਂ ਮੋਲਾ ਨਹੀਂ ਮਾਰਾਂਗਾ। ਚੱਲ ਛੱਡ, ਲੈ ਤੂੰ ਆ ਸਰਦੀ ਵੀ ਫੜ ਫੜ। ਮਾਂ, ਮੈਂ ਮੋਲਾ ਮਾਰਦੀ ਹਾਂ ਪੁੱਤ, ਰੋਟੀ ਤੇ ਖਾਣੀ ਹੈ ਨਾ। ਮਾਂ ਛੱਡ ਇਹ ਕੰਮ, ਇਹਨਾਂ 'ਚ ਖੁਆਰੀ ਖੁਆਰੀ ਹੈ, ਰੋਟੀ ਨਹੀਂ ਮਿਲਦੀ, ਅਸੀਂ ਰੁੱਲ ਜਾਵਾਂਗੇ। ਪਰ ਪੁੱਤ, ਤੇਰਾ ਪਿਓ ਚਾਹੁੰਦਾ ਸੀ ਕਿ ਤੂੰ ਉਸ ਵਰਗਾ ਬਣੇ। ਚੱਲ ਮੈਂ ਨਾ ਤੈਨੂੰ ਤਵੀਤ ਦਿੰਦੀ ਹਾਂ ਪੁੱਤ। ਲੈ ਪੁੱਤ, ਇਹ ਤਵੀਤ ਬੰਨ ਲਾ, ਅੱਜ ਤੋਂ ਤੂੰ ਇਸ ਘਰ ਦਾ ਮੋਹਰੀ ਹੈ। ਇਹ ਤਵੀਤ ਤੇਰੇ ਪਿਓ ਨੂੰ ਝੜੀ ਵਾਲੇ ਫਕੀਰ ਨੇ ਦਿੱਤਾ ਸੀ, ਕਹਿੰਦਾ ਸੀ ਜਿੰਨਾ ਚਿਰ ਬਾਂਹ 'ਤੇ ਬੰਨ ਕੇ ਰੱਖੇਗਾ ਨਾ ਤੈਨੂੰ ਕੁਝ ਨਹੀਂ ਹੁੰਦਾ। ਲੈ ਮਾਂ, ਮੇਰਾ ਇਹਦੇ ਵਿੱਚ ਪੂਰਾ ਵਿਸ਼ਵਾਸ ਨਹੀਂ ਹੈਗਾ। ਇਹ ਤਵੀਤ ਪਾ ਲੈ ਪੁੱਤ, ਤੇਰੇ ਪਿਓ ਦਾ ਤਾਂ ਕੁਝ ਪਤਾ ਨਹੀਂ, ਪਤਾ ਨਹੀਂ ਦਰਿਆ ਦੇ ਕਿਸ ਪਾਣੀ ਵੱਲ ਨੂੰ ਮੂੰਹ ਕਰ ਗਿਆ। ਮਾਂ, ਇਹ ਤਵੀਤ ਮੇਰੇ ਗੱਲ ਨਹੀਂ, ਤੇਰੇ ਗੱਲ ਵਿੱਚ ਹੋਣਾ ਚਾਹੀਦਾ। ਤੂੰ ਤੂੰ ਜਿਵੇਂ ਕਹੇਂਗੀ ਮੈਂ ਉਵੇਂ ਕਰਾਂਗਾ। ਚੱਲ ਚੱਲ ਫਿਰ, ਆ ਸਰਦੀ ਥੱਬੀ ਫੜ, ਮੈਂ ਮੋਲਾ ਮਾਰਦੀ ਹਾਂ ਪੁੱਤ, ਰੋਟੀ ਤੇ ਖਾਣੀ ਹੈ ਨਾ। ਜ਼ੋਰ ਜ਼ੋਰ ਨਾਲ ਮੋਲਾ ਮਾਰ ਮਾਂ, ਫਿਰ ਤੂੰ ਘਰ ਲਈ ਵੀ ਫਿਰਨੀ ਹੈ। ਮੈਂ ਵਾਣ ਵੱਟਾਂਗਾ, ਮੈਂ ਵਾਣ ਵੱਟੂੰਗਾ। ਮੈਂ ਨਫ਼ਰਤ ਕਰਦਾ ਰਿਹਾ ਆਪਣੇ ਆਪ ਨੂੰ, ਮੈਂ ਪਾਰ ਜਾਵਾਂਗਾ ਮਾਂ, ਹਾਂ ਮੈਂ ਪਾਰ ਜਾਵਾਂਗਾ। ਮੋਲਾ ਮਾਰ ਮਾਂ।
मैं बड़ी बार मरना चाहिया, पर मौत भी नहीं आती। हौसला ना हार, हिम्मत ना हार। किसे वाले थे दरिया दे पानी नु ठल पाएगी ना। उठ, हाँ काम करिए। किसे दिन दरिया दा पानी जरूर ठलेगा। चल पुत, मैं सर्दी थब्बी फाड़ दा, तुम ओला मार। काम तो करना पड़ना ना।